ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਤੇ ਅਸੀਂ ਇਸ ਵੇਲੇ ਹੈਗੇ ਹਾਂ ਜੀ ਪਿੰਡ ਫਤਿਹਉੱਲਾ ਸ਼ਾਹ ਵਾਲਾ, ਨੇੜੇ ਫਤਿਹਗੜ੍ਹ ਫਰੀਦਕੋਟ ਜ਼ਿਲ੍ਹਾ ਮੋਗਾ। ਅਤੇ ਇੱਥੇ ਇੱਕ 12-13 ਕੁ ਸਾਲ ਦੀ ਜਿਹੜੀ ਕੁੜੀ ਹੈ ਪਵਨਜੋਤ ਕੌਰ, ਅਤੇ ਬੱਚੀ ਜਿਹੜੀ ਆ ਇਹਦੇ ਕਿ 6ਵੀਂ ਕਲਾਸ ਵਿੱਚ ਪੜ੍ਹਦੀ ਹੈ। ਅਤੇ ਡਾਕਟਰ ਨੇ ਦੱਸਿਆ ਕਿ ਇਹਦੇ ਗੁਰਦੇ ਜਿਹੜੇ ਆ ਦੋਵੇਂ ਖਰਾਬ ਹੋ ਚੁੱਕੇ ਨੇ, ਬਦਲਣੇ ਪੈਣਗੇ। ਪਰਿਵਾਰ ਵੱਲੋਂ ਹੁਣ ਡਾਇਲਸਿਸ ਵਗੈਰਾ ਬਹੁਤ ਕਰਾਏ ਗਏ, PGI ਤੱਕ ਵੀ ਲਿਜਾਇਆ ਗਿਆ। ਪਰ ਡਾਕਟਰਾਂ ਨੇ ਜਿਹੜਾ ਇਹ ਗੱਲ ਅਖੀਰ ਵਿੱਚ ਕਹੀ ਹੈ ਕਿ ਜਿਹੜੇ ਗੁਰਦੇ ਪਤਲੀ ਹੋਣਗੇ, ਡਾਇਲਸਿਸ ਜਿਹੜੀ ਉਹ ਜ਼ਿਆਦਾ ਨਹੀਂ, ਉਹ ਵੀ ਨਹੀਂ ਜ਼ਿਆਦਾ ਕੀਤੀ ਜਾ ਸਕਦੀ। ਬੱਚੀ ਵੀ ਛੋਟੀ ਹੈ ਅਤੇ ਪਰਿਵਾਰ ਜਿਹੜਾ ਉਹ ਬਹੁਤ ਜ਼ਿਆਦਾ ਖਰਚਾ ਕਰ ਚੁੱਕਿਆ, ਅਤੇ ਹੁਣ ਆਪਣਾ ਘਰ ਵੀ ਇੱਥੋਂ ਤੱਕ ਕਿ ਗਹਿਣੇ ਰੱਖ ਚੁੱਕ ਬੈਠਾ। ਅਤੇ ਹੁਣ ਜਿਹੜਾ ਸਮਾਜ ਸੇਵੀ ਸੰਸਥਾਵਾਂ ਨੂੰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਇਲਾਕੇ ਦੀਆਂ ਸਭ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਦੂਰੋਂ ਨੇੜੋਂ ਬੈਠੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਵੀ ਇਹ ਪਰਿਵਾਰ ਦੀ ਮਦਦ ਕੀਤੀ ਜਾਵੇ। ਗਰੀਬ ਪਰਿਵਾਰ ਹੈ ਅਤੇ ਹੁਣ ਇਹਨਾਂ ਕੋਲ ਜਿਹੜਾ ਬੱਚੇ ਦੇ ਇਲਾਜ ਕਰਾਉਣ ਵਾਸਤੇ, ਪਰ ਜਦੋਂ ਇਹੋ ਜਿਹੇ ਹਾਲਾਤ ਬਣ ਜਾਣ ਤਾਂ ਉਦੋਂ ਫਿਰ ਮਾਂ ਪਿਓ 'ਤੇ ਕੀ ਬੀਤਦੀ ਹੈ ਉਸ ਪਰਿਵਾਰ ਨੂੰ ਪਤਾ ਹੁੰਦਾ। ਅਤੇ ਬੱਚੇ ਦੇ ਪਿਤਾ ਜੀ ਕਿਸਾਨ ਸਿੰਘ, ਹਾਂਜੀ ਵੀਰ ਜੀ, ਕੀ ਗੱਲ ਹੋਈ ਸੀ ਬੱਚੀ ਨੂੰ? ਵੀਰ ਜੀ, ਸਕੂਲ ਗਏ ਸੀ ਬੱਚੇ ਅਤੇ ਸਕੂਲੋਂ ਸੋਜ ਪੈ ਗਈ ਮੂੰਹ 'ਤੇ ਜੀ, ਸੋਜ ਪੈ ਗਈ, ਬੁਖਾਰ ਚੜ ਗਿਆ। ਅਸੀਂ ਫਤਿਹਗੜ੍ਹ ਦਵਾਈ ਲਗਾਉਣ ਵਾਸਤੇ ਗਏ ਅਤੇ ਉੱਥੇ ਟੈਸਟ ਕਰਾਏ ਥੋੜ੍ਹੇ ਜਿਹੇ, ਉਹਦੇ 'ਚ ਖੂਨ ਘੱਟ ਹੈ ਅਤੇ ਸੈੱਲ ਦੀ ਵੀ ਪ੍ਰੋਬਲਮ ਦੱਸੀ। ਉਸ ਤੋਂ ਬਾਅਦ ਉਹਨੂੰ ਥੋੜ੍ਹੀ ਜਿਹੀ ਦਵਾਈ ਖਵਾਈ ਅਤੇ ਦੂਜੇ ਦਿਨ ਅਸੀਂ ਮੋਗੇ ਲੈ ਗਏ ਜੀ, ਵੀ ਕੋਈ ਜ਼ਹਿਰੀਲੀ ਸ਼ੈ ਬੱਚਾ ਖਾ ਚੁੱਕਾ ਹੋਣਾ ਜੀ। ਉਹਨਾਂ ਜ਼ਹਿਰੀਲੀ ਸ਼ੈ ਦੱਸਿਆ ਅਤੇ ਕੁੜੀ ਨੂੰ ਦੌਰਾ ਜਿਹਾ ਪੈ ਗਿਆ ਕੰਮ ਕੰਮ ਕੇ। ਅਸੀਂ ਜੀਰੇ ਫਿਰ ਲੈ ਗਏ ਇਹਨੂੰ, ਜੀਰੇ ਵਾਲਿਆਂ ਨੇ ਗੁਰਦਿਆਂ ਦੇ ਸਾਰੇ ਟੈਸਟ ਕੀਤੇ, ਉਹਨਾਂ ਦੇ ਗੁਰਦੇ ਖਰਾਬ ਹੋ ਗਏ, ਫਰੀਦਕੋਟ ਲੈ ਗਏ। ਫਰੀਦਕੋਟੋਂ ਜੀ ਐਮਰਜੈਂਸੀ 'ਚ ਰੱਖਿਆ, ਫਿਰ ਉਹਨਾਂ ਸਾਨੂੰ PGI ਚੰਡੀਗੜ੍ਹ ਲਿਖ ਕੇ ਦੇਤਾ ਜੀ, ਉੱਥੇ ਇਹਦਾ ਇਲਾਜ ਹੋਊਗਾ ਜੀ। ਹਾਂਜੀ, ਹੁਣ ਕੀ ਅਪੀਲ ਕਰਦੇ ਹੋ, ਕੀ ਮੰਗ ਕੀ ਕਰਦੇ ਹੋ? ਬੱਚੀ ਨੂੰ ਬਚਾ ਦਿਓ, ਮਦਦ ਕਰ ਦਿਓ, ਜਿੰਨੀ ਜੋ ਕਰੇ ਹੋ ਟਾਈਮ ਗੱਲ ਇਹ ਹੈ ਜੀ ਕਿ ਪਰਿਵਾਰ ਜਿਹੜਾ ਉਹ ਕਹਿੰਦਾ ਵੀ ਗੁਰਦਾ ਅਸੀਂ ਆਪਣਾ ਵੀ ਦੇ ਦਿਆਂਗੇ, ਸਭ ਕੁਝ ਦੇ ਦਿਆਂਗੇ, ਪਰ ਜਿਹੜਾ ਟ੍ਰਾਂਸਪਲਾਂਟ ਦੇ ਖਰਚਾ ਆਉਣਾ ਜਾਂ ਉਸ ਚੀਜ਼ਾਂ ਨੇ, ਉਹਦੇ ਤੋਂ ਪਰਿਵਾਰ ਜਿਹੜਾ ਉਹ ਖਰਚਾ ਬਹੁਤ ਕਰ ਚੁੱਕਿਆ। ਬੱਚਾ ਜਿਹੜਾ ਛੋਟਾ ਜਿਹਾ, ਇਹਨੂੰ ਇਹ ਤਕਲੀਫ ਜਿਹੜੀ ਮਾਂ ਪਿਓ ਤੋਂ ਚੱਲ ਨਹੀਂ ਹੁੰਦੀ। ਬੱਚੇ ਕੀ ਨਾਮ ਆ ਤੇਰਾ? ਕਿਹੜੀ ਕਲਾਸ 'ਚ ਪੜ੍ਹਦੀ ਆ ਬੇਟਾ? ਕੀ ਬਣਨਾ ਵੱਡਾ ਹੋ ਗਏ? ਆਪਾਂ ਤੋਂ ਵੱਡਾ ਹੋ ਗਿਆ ਕੀ ਬਣੇਗਾ? ਡਾਕਟਰ ਬਣਨਾ? ਚੱਲ ਪੁੱਤ ਠੀਕ ਹੋ ਜਾਏਗਾ ਜਲਦੀ। ਹੈ ਅਤੇ ਬੱਚੀ ਛੋਟੀ ਜੀ, ਬੇਨਤੀ ਹੈ ਕਿ ਪਰਿਵਾਰ ਦੀ ਜਿਹੜੀ ਹਾਲਾਤ ਆ, ਮਾਲੀ ਹਾਲਾਤ ਵੀ ਉਹੋ ਜਿਹੇ ਨੇ, ਲਗਭਗ ਜਿਹੜਾ ਪਰਿਵਾਰ ਪਹਿਲਾਂ ਹੀ ਜਿਹੜਾ ਉਹ ਖਰਚਾ ਬਹੁਤ ਕਰ ਚੁੱਕਿਆ। ਅਤੇ 5 ਬੇਟੀਆਂ ਨੇ ਅਤੇ ਇਹ ਛੋਟੀ ਬੇਟੀ ਹੈ, ਇਸ ਤੋਂ ਛੋਟੀ ਇੱਕ ਹੋਰ ਬੇਟੀ ਆ। 5 ਬੇਟੀਆਂ ਨੇ ਇਸ ਪਰਿਵਾਰ ਦੇ, 5 ਬੇਟੀਆਂ ਹੀ ਨੇ ਮਹਾਰਾਜ ਨੇ ਜਿਹੜੀਆਂ ਬਖਸ਼ੀਆਂ, ਲੜਕਾ ਕੋਈ ਨਹੀਂ ਹੈਗਾ। ਅਤੇ ਇਹਨਾਂ ਬੇਟੀਆਂ ਦੇ ਸਿਰ 'ਤੇ ਜਿਹੜੇ ਮਾਂ ਬਾਪ ਨੂੰ ਜਿਹੜੀ ਆਸਾਂ ਨੇ, ਅਤੇ ਉਹ ਵੀ ਹੁਣ ਜਿਹੜਾ ਬੱਚੀ ਦੀ ਜਿਹੜੀ ਸਿਹਤ ਵਿਗੜੀ ਕਰਕੇ ਪਰਿਵਾਰ ਬਹੁਤ ਦੁਖੀ ਹੈ। ਅਤੇ ਪਰਿਵਾਰ ਮੰਗ ਕਰਦਾ ਜਿਹੜਾ ਸਾਰੀਆਂ ਸੰਗਤਾਂ ਤੋਂ, ਸਾਰੇ ਇਲਾਕੇ ਤੋਂ, ਸਾਰੇ ਦੇਸ਼ ਵਿਦੇਸ਼ 'ਚੋਂ ਵੀ ਜਿਹੜਾ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਅਸੀਂ ਬੇਨਤੀ ਕਰਦੇ ਹਾਂ, ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ, ਤਾਂ ਜੋ ਇਹ ਪਰਿਵਾਰ ਆਪਣੇ ਜਿਹੜਾ ਇਸ ਬੱਚੇ ਦੀ ਜਿਹੜੀ ਆ ਉਹ ਚੰਗੀ ਤਰ੍ਹਾਂ ਇਲਾਜ ਕਰਵਾ ਸਕੇ। ਅਗਰ ਗੁਰਦਾ ਵਗੈਰਾ ਦੇਣ ਦੀ ਲੋੜ ਪੈਂਦੀ ਹੈ ਤਾਂ ਉਹ ਕਹਿੰਦੇ ਪਰਿਵਾਰ ਅਸੀਂ ਦੇਣ ਨੂੰ ਤਿਆਰ ਹਾਂ, ਪਰ ਜੋ ਉਸ 'ਤੇ ਖਰਚਾ ਆਉਣਾ ਜਾਂ ਹੋਰ ਫਾਰਮੈਲਿਟੀਆਂ ਬਹੁਤ ਸਾਰੀਆਂ ਨੇ, ਉਹਦੇ ਵਿੱਚ ਸਾਡੀ ਮਦਦ ਕੀਤੀ ਜਾਵੇ। ਸੋ ਇੰਨੀਆਂ ਬੇਨਤੀਆਂ ਕਰਦੇ ਹਾਂ ਕਿ ਬੱਚੀ ਜਿਹੜੀ ਪਵਨਜੋਤ ਕੌਰ ਜਲਦੀ ਤੰਦਰੁਸਤ ਹੋਵੇ। ਪਰਿਵਾਰ ਦਾ ਜਿਹੜਾ ਉਹ ਖਾਤਾ ਨੰਬਰ ਆ ਅਤੇ ਜਿਹੜਾ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਿਆਂਗੇ। ਜਿੰਨਾ ਵੀ ਹੋ ਸਕੇ ਜੋ ਵੀ ਆਪਾਂ ਇਸ ਬੱਚੀ ਪਵਨਜੋਤ ਕੌਰ ਜਿਹੜੀ 12-13 ਸਾਲ ਦੀ ਹੈ, ਇਹਦੀ ਮਦਦ ਕਰਨ ਵਾਸਤੇ ਤੁਸੀਂ ਜੋ ਵੀ ਕਰ ਸਕਦੇ ਹੋ, ਤਿਲ ਫੁੱਲ ਭੇਟਾਂ ਜ਼ਰੂਰ ਉਸ ਪਰਿਵਾਰ ਦੇ ਖਾਤੇ ਦੇ ਵਿੱਚ ਪਾਇਓ, ਭੇਜੋ। ਤੁਹਾਡੇ ਇੱਕ ਇੱਕ ਜਿਹੜਾ ਰੁਪਏ ਦੇ ਨਾਲ ਹੀ ਬੱਚੇ ਦਾ ਜਿਹੜਾ ਇਲਾਜ ਸੰਭਵ ਹੋਏਗਾ। ਪਰਿਵਾਰ ਦੇ ਵਿੱਚ ਜਿਹੜਾ ਇਹ 5 ਧੀਆਂ ਹੀ ਨੇ, 5 ਧੀਆਂ ਜਿਹੜੀਆਂ 3 ਜਿਹੜੀਆਂ ਇਸ ਗੁੜੀਆ ਤੋਂ ਜਿਹੜੀਆਂ ਵੱਡੀਆਂ ਨੇ, ਅਤੇ 1 ਜਿਹੜੀ ਇਸ ਗੁੜੀਆ ਤੋਂ ਛੋਟੀ ਹੈ ਜੋ ਇਸ ਵੇਲੇ ਸਕੂਲ ਗਈ ਹੋਈ ਹੈ। ਅਤੇ